ਕੀ ਹਾਲ ਚਾਲ ਹੈ ਯਾਰ ਵੀਰੇ ਠੀਕ ਠਾਕ ਹੈ ਕੱਲਾ ਕੱਲਾ ਪੀ ਜਾਂਦਾ ਤੂੰ ਕੀ ਕਰ ਕਾਨੂੰ ਵੀਰੇ ਏਡਾ ਖਰਾਬ ਬੰਦਾ ਨਾ ਇਹ ਮੈਂ ਥੋੜਾ ਜਿਹਾ ਲੇਟ ਹੋ ਗਿਆ ਵੈਸੇ ਤੇ ਇਹਨੇ ਮੈਨੂੰ ਨਾ ਘੜੋ ਘੜ ਨਹੀਂ ਤੇ 10 ਫੋਨ ਕਰਤੇ ਵੀ ਆਇਆ ਨਹੀਂ ਵੀਰੇ 11 ਵਜੇ ਦਾ ਟਾਈਮ ਸੀ 22 ਪਹੁੰਚਾ ਸਾਡੇ ਕੋਲ 2:30 ਵਜੇ ਸਵਾ 3:20 ਤੇ ਇਹ ਏਡਾ ਹਾ ਵੈਸੇ ਤੇ ਸਵਾ 3 ਹੋ ਗਿਆ ਮੈਂ ਥੋੜਾ ਲੇਟ ਹੋ ਗਿਆ ਮੈਂ ਕੀ ਕਰਾਂ ਕੰਮ ਸੀ ਜਾਂ ਟ੍ਰੈਫਿਕ ਕਿੱਦਾਂ ਤੁਹਾਡੇ ਸ਼ਹਿਰ ਚੜ ਵਿਆ ਦਾ ਇਹ ਤਾਂ ਹੈ ਵੀਰੇ ਸਹੀ ਗੱਲ ਆ ਖਾਈਏ ਪੀਏ ਕੁਛ ਭੁੱਖ ਲੱਗੀ ਹੋਈ ਆ ਚਲੋ ਵੈਸੇ ਮੈਂ ਮਲਾਉਣਾ ਭੁੱਲ ਗਿਆ ਨਵੀ ਆ ਇਹ ਬਾਈ ਦਾ ਮੈਨੂੰ ਨਾਮ ਬਾਈ ਕੀ ਨਾਮ ਸਰਪ੍ਰੀਤ ਸਿੰਘ ਢਿੱਲੋਂ ਢਿੱਲੋਂ ਢਾਬੇ ਵਾਲੇ ਅੱਛਾ ਅੱਛਾ ਤੇ ਇਹ ਬਾਈ ਇਹ ਬਾਈ ਹੈ ਕਿਹਨੇ ਉੱਪਰ ਸਰਦਾਰ ਜੀ ਅੱਛਾ ਅੱਛਾ ਜਿਹੜੀ ਪਿੰਡ ਤੋਂ ਮੱਛਵੜਾ ਸਾਹਿਬ ਤੋਂ ਠੀਕ ਆ ਤੇ ਇਹ ਥੋੜਾ ਜਿਹਾ ਇੰਟਰੋਡਕਸ਼ਨ ਸੀਗੀ ਬਾਕੀ ਹੁਣ ਆਪਾਂ ਖਾਣੇ ਪੀਣੇ ਭੁੱਖ ਬਹੁਤ ਲੱਗੀ ਹੋਈ ਹੈ ਵੈਸੇ ਤੇ ਨਾਲੇ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਅੱਜ ਅਸੀਂ ਕਿਪਸ ਮਾਰਕੀਟ ਲੁਧਿਆਣੇ ਦੀ ਜਿਹੜੀ ਬੜੀ ਫੇਮਸ ਹੈਗੀ ਆ ਜਿਵੇਂ ਕਿ 3B2 ਮੁਹੱਲੀ ਦਾ 17 ਸੈਕਟਰ ਚੰਡੀਗੜ੍ਹ ਦਾ ਗੇੜੀ ਰੂਟ ਹੋ ਗਿਆ 8 ਸੈਕਟਰ ਤੇ ਇਹ ਲੁਧਿਆਣੇ ਦੀ ਫੇਮਸ ਪਲੇਸ ਆ ਸ਼ਾਮ ਨੂੰ ਇਸੇ ਪੈਰ ਰੱਖਣ ਨੂੰ ਥਾਂ ਨਹੀਂ ਹੁੰਦੀ ਤੇ ਤੁਹਾਨੂੰ ਦਿਖਾਉਣਾ ਥੋੜੀ ਜਿਹੀ ਤੇ ਇੱਥੇ ਇੱਕ ਕੈਫੇ ਆ ਬੜਾ ਵਧੀਆ ਤੇ ਆਪਾਂ ਚੱਲਾਂਗੇ ਤੇ ਖਾਵਾਂਗੇ ਅੱਜ ਫੂਡ ਤੇ ਨਾਲੇ ਦੱਸਾਂਗੇ ਕਿਵੇਂ ਦਾ ਉਹਨਾਂ ਦਾ ਇਹ ਸਾਰੀ ਤੁਸੀਂ ਦੇਖ ਸਕਦੇ ਹੋ ਇਹ ਸਾਰੀ ਕਿਪਸ ਮਾਰਕੀਟ ਆ ਸਾਰੀ ਸ਼ੁਰੂ ਹੁੰਦੀ ਹੈ ਇੱਦਾਂ ਉੱਥੇ ਜਾਂਦਾ ਗੇੜੀ ਮਾਰਦੀ ਰਹਿੰਦੀ ਆ ਅਤੇ ਇਹ ਸਾਰੀ ਉਹੀ ਇੱਥੇ ਗੱਡੀਆਂ ਵੀ ਲੋਕੀ ਲਾਉਂਦੇ ਆ ਗੇੜੀ ਗੁੜੀ ਮਾਰਦੇ ਰਹਿੰਦੇ ਆਪਣੀਆਂ ਲੈਣਾ ਝੂਟਾ ਲੈਣਾ ਪਹਿਲਾਂ ਕਿ ਲਾਉਣਾ ਕੁਛ ਮੈਂ ਕਹਿੰਦਾ ਪਹਿਲਾਂ ਝੂਟਾ ਹੀ ਲੈ ਲਈ ਪਹਿਲਾਂ ਜਵਾਬ ਦੇ ਕੇ ਮੇਰੇ ਮੂੰਹ 'ਚ ਪਾਣੀ ਆ ਰਿਹਾ ਸਭ ਕੁਛ ਦੇਖ ਕੇ ਅਤੇ ਪਰ ਮੇਰਾ ਅਜੇ ਵੈਜ ਫੂਡ ਨਹੀਂ ਆਇਆ ਇਸ ਕਰਕੇ ਇਹ ਹੁਣ ਸਵਾਦ ਲੈਣਗੇ ਵੇਖ ਕਿੱਡੇ ਹਾਸੇ ਨਿਕਲਦੇ ਕਿਉਂ ਹਾਸੇ ਨਿਕਲਦੇ ਤੇਰੇ ਵੈਗ ਲਈ ਅਸੀਂ ਨੌਨ ਵੈਜ ਵਾਲੇ ਨੇ ਕਰਤਾ ਸਟਾਰਟ ਬਹੁਤ ਘੈਂਟ ਫੂਡ ਆ ਅਤੇ ਤੁਸੀਂ ਵੈਜ ਵਾਲੇ ਕਰੋ ਵੇਟ ਆ ਜੀ ਹੁਣ ਵੀਰੇ ਵੇਟ ਕਰਨੀ ਪਊਗੀ ਅਤੇ ਬਾਕੀ ਕੋਈ ਗੱਲ ਨਹੀਂ ਮੈਂ ਵੀ ਮੇਰੇ ਮੂੰਹ 'ਚ ਵੈਸੇ ਪਾਣੀ ਆ ਰਿਹਾ ਚਿਕਨ ਲੱਗਦਾ ਮੇਰਾ ਪੱਤਾ ਮਾੜਾ ਹੀ ਆ ਜੇ ਪਰ ਮੇਰੇ ਲਈ ਹਾਂ ਡਰਿੰਕਸ ਹੈਗੇ ਮੇਰੇ ਪੀਣ ਵਾਸਤੇ ਮੈਂ ਉਹ ਪੀਊਂਗਾ ਦੇਖੋ ਜੀ ਇਹ ਹੈਗੇ ਮੇਰੇ ਕੰਮ ਦੀ ਇਹ ਹੈਗੇ ਢਿੱਲੋਂ ਦੇ ਕੰਮ ਦੀ ਚਲੋ ਜੀ ਸਾਡੇ ਵਾਸਤੇ ਕੁਛ ਹੋਰ ਹੈਗਾ ਅਸੀਂ ਉਹ ਟਰਾਈ ਕਰਦੇ ਹਾਂ ਵੈਸੇ ਬਹੁਤ ਬਹੁਤ ਥੈਂਕ ਯੂ ਵੀ ਤੁਹਾਡਾ ਤੁਸੀਂ ਮੈਨੂੰ ਸੈਂਡਵਿਚ ਜਿਹੜੀ ਜਲਦੀ ਦਿੱਤੇ ਕਿਉਂਕਿ ਮੇਰੇ ਮੂੰਹ 'ਚ ਪਾਣੀ ਆ ਰਿਹਾ ਸੀ ਬੰਦੇ ਹੋਣੀ ਮੈਨੂੰ ਤੰਗ ਕਰ ਰਹੇ ਬਾਈ ਹੋਣੀ ਹੁਣ ਸੋਚਾ ਬਾਈ ਇਸ ਤਾਂ ਮਤਲਬ ਨਜ਼ਾਰਾ ਲੈ ਲਿਆ ਆਪਣਾ ਫੁੱਲ ਅੱਛਾ ਹੁਣ ਤੁਸੀਂ ਆਪਣਾ ਵੈਜ ਸੈਂਡਵਿਚ ਦੇਖੋ ਮੈਂ ਦੇਖਦਾ ਵੀ ਸੈਂਡਵਿਚ ਆਏ ਨੇ ਮੇਰੇ ਵੈਜ ਕਿਉਂਕਿ ਮੈਂ ਵੈਜੀਟੇਰੀਅਨ ਹਾਂ ਖਾ ਕੇ ਦੱਸਦੇ ਹਾਂ ਵੀ ਕਿਵੇਂ ਦੇ ਨੇ ਬਾਕੀ ਰਿਵਿਊ ਇਹਨਾਂ ਕੋਲੋਂ ਨੌਨ ਵੈਜ ਦੇ ਬਾਅਦ 'ਚ ਲਵਾਂਗੇ ਹੁਣ ਪਹਿਲਾਂ ਮੈਂ ਖਾ ਲਾਂਗਾ ਵੀ ਭੁੱਖ ਲੱਗੀ ਮੈਂ ਪੀ ਪੀ ਕੇ ਵਧੀਆ ਜੀ ਦਾਦਾ ਨਵੀਂ ਝੂਟ ਮਾਰਨ ਡਿਆ ਕਿ ਹਾਂ ਹਾਂ ਦਾਦੀ ਫਿਰ ਅਸੀਂ ਹੁਣ ਆਉਂਦੇ ਹਾਂ ਫਿਰ ਠੀਕ ਹੈ ਚੰਗਾ ਫਿਰ ਕਰਦਾ
ਹਾਂ ਸੁਣਾ ਦੇ ਰਾਜੂ ਹੈ ਝੂਠ ਵਾਲਾ ਇੱਕ ਦਿਨ ਪੁੱਛੀ ਜਾਂਦੇ ਵੀ ਕੀ ਕਿਹਾ ਹੋਇਆ ਘਰੇ ਕਿਪਸ ਮਾਰਕੀਟ ਆ ਇੱਕ ਲੁਧਿਆਣੇ ਮੈਨੂੰ ਉੱਥੇ ਕੰਮ ਸੀ ਮੈਨੂੰ ਇਹ ਲਾ ਕੇ ਫਿਰ ਚਲੇ ਗਏ ਕਚਹਿਰੀਆਂ 'ਚ ਗਏ ਉਹ ਤਾਂ ਪ੍ਰੀਤ ਦੇ ਸੋਨੂ ਉੱਪਰ ਹਾਂ ਹਾਂ ਬੰਦਾ ਏਦਾਂ ਵੀ ਝੂਠਾ ਮਾਰ ਕੇ ਇਹਦੀ ਸਫਾਈ ਦੇਣੀ ਪਵੇ ਯਾਰ ਵੀਰੇ ਗੱਲ ਦੱਸਦਾ ਮੈਂ ਚਲੋ ਦੱਸਣ ਵਾਲੀ ਸੀਗੀ ਚਲੋ ਸੀਕ੍ਰੇਟ ਰਹਿ ਗਿਆ ਫਿਰ ਮਤਲਬ ਮੈਂ ਦੱਸ ਸਕਦਾ ਫਾਈਨਲੀ ਫੂਡ ਖਾ ਲਿਆ ਸਾਰੇ ਜਣਿਆਂ ਨੇ ਅਤੇ ਹੁਣ ਮੈਂ ਰਿਵਿਊਜ਼ ਲੈਣਾ ਆ ਬਾਈ ਤੋਂ ਸ਼ੁਰੂ ਕਰਦੇ ਕਿਉਂਕਿ ਬਾਈ ਦਾ ਖੁਦ ਦਾ ਢਾਬਾ ਹੈ ਆਪਾਂ ਕਿਸੇ ਨੂੰ ਉਹ ਵੀ ਵਲੋਗ ਕਰਾਂਗੇ ਅਤੇ ਕਿਉਂ ਬਾਈ ਹਾਂਜੀ ਬਿਲਕੁਲ ਕਿਹੜੇ ਰੋਡ 'ਤੇ ਚੱਲ ਦੱਸ ਦੇ ਲੋਕਾਂ ਨੂੰ ਪਤਾ ਲੱਗ ਜਾਏ ਕਿਹੜਾ ਹੋ ਰੋਡ 'ਤੇ ਜੀ ਮੱਛੋੜਾ ਟੂ ਅਸਰਾਹੋ ਰੋਡ 'ਤੇ ਘੁਮਾਣੇ ਘੁਮਾਣੇ ਠੀਕ ਆ ਕਿਸੇ ਲੰਘਦਾ ਹੋਵੇ ਤਾਂ ਕੋਈ ਟਰਾਈ ਕਰ ਸਕਦਾ ਠੀਕ ਆ ਇਹਨੂੰ ਜ਼ਿਆਦਾ ਪਤਾ ਹੋਊ ਬਾਈ ਨੂੰ ਰਿਵਿਊਜ਼ ਬਾਈ ਦਿਓ ਦੱਸ ਫਿਰ ਕਿਵੇਂ ਲੱਗਿਆ ਬਹੁਤ ਵਧੀਆ ਫੂਡ ਸੀਗਾ ਵੀਰੇ ਬਹੁਤ ਸਵਾਦ ਸੀਗਾ ਸਾਰਾ ਕੁਛ ਪੀਜ਼ਾ ਪੂਜਾ ਹੋਰ ਜਿੰਨਾ ਚਿਕਨ ਚੁਕਨ ਸਾਰਾ ਸਵਾਦ ਸੀਗਾ ਪੂਰਾ ਵਧੀਆ ਸੀ ਬਹੁਤ ਵਧੀਆ ਫੂਡ ਆ ਵੀਰੇ ਸਰਵਿਸ ਵਧੀਆ ਸੀ ਬਹੁਤ ਜ਼ਿਆਦਾ ਜਾਣੀ ਕੁੱਲ ਮਿਲਾ ਕੇ ਸਾਰਾ ਕੁਛ ਗੁੱਡਾ ਵਧੀਆ ਵਾ ਮਤਲਬ ਕਿ ਮੇਰੇ ਵੱਲੋਂ ਵੀ 10/10 ਹੀ ਆ ਅਤੇ ਤੁਸੀਂ ਮਸਟ ਵਿਜ਼ਿਟ ਕਰੋ ਇੱਕ ਇਹ ਹੈ ਕਿ ਇਹਦਾ ਫਾਇਦਾ ਕੀ ਹੈ ਕਿ ਮੇਨ ਮਾਰਕੀਟ ਦੇ ਵਿੱਚ ਆ ਮਤਲਬ ਬਾਕੀ ਸਹੇਲੀਆਂ ਵਾਲੀ ਜਨਤਾ ਜਿਹੜੀ ਉਹ ਵੀ ਆ ਸਕਦੀ ਹੈ ਇੱਥੇ ਕਿਉਂਕਿ ਪ੍ਰੋਪਰ ਸਿਟਿੰਗ ਹੈਗੀ ਹੈ ਬਹਿਣ ਬੁਣ ਵਾਸਤੇ ਕੋਈ ਇਸ਼ੂ ਨਹੀਂ ਹੈਗਾ ਤੁਸੀਂ ਆਪਣਾ ਕੰਫਰਟੇਬਲੀ ਸਾਈਡ 'ਤੇ ਬਹਿ ਸਕਦੇ ਹੋ ਆਪਣਾ ਇੰਜੋਏ ਕਰ ਸਕਦੇ ਹੋ ਖਾ ਪੀ ਸਕਦੇ ਹੋ ਠੀਕ ਆ ਅਤੇ ਬਾਕੀ ਹੋਰ ਤੁਹਾਨੂੰ ਇਨਫੋਰਮੇਸ਼ਨ ਮੈਂ ਸਰ ਕੋਲ ਲੈ ਕੇ ਦਿੰਦਾ ਕਿ ਕਿੱਦਾਂ ਦਾ ਇੱਥੇ ਹੈਗਾ ਅਤੇ ਨਾਲੇ ਤੁਹਾਨੂੰ ਆ ਜਾਓ ਮੈਂ ਕੈਫੇ ਦਿਖਾਉਂਦਾ ਪਹਿਲਾਂ ਵੀ ਇਹ ਕੈਫੇ ਕਿੱਦਾਂ ਦਾ ਸਾਰਾ ਫੂਡ ਖਾ ਲਿਆ ਢਿੱਡ ਭਰ ਗਿਆ ਥੋੜ੍ਹਾ ਪਚਾ ਲਈਏ ਅਤੇ ਆ ਜਾਓ ਆਪਾਂ ਸ਼ੁਰੂ ਕਰਦੇ ਤੁਹਾਨੂੰ ਕੈਫੇ ਦਿਖਾਉਂਦਾ ਸਾਰਾ ਵੀ ਕਿੰਨਾ ਕੈਫੇ ਹੈ ਕਿਵੇਂ ਦਾ ਕਿਉਂਕਿ ਬਹੁਤ ਵੱਡਾ ਕੈਫੇ ਇੱਥੇ ਲਾਈਵ ਮਿਊਜ਼ਿਕ ਵਗੈਰਾ ਵੀ ਸਾਰਾ ਕੁਛ ਅਵੇਲੇਬਲ ਇਹਨਾਂ ਕੋਲ ਨਾਈਟਸ ਨੂੰ ਪਾਰਟੀ ਵੀ ਹੁੰਦੀਆਂ ਨੇ ਸੈਚਰਡੇ ਨਾਈਟ ਹੋ ਗਈ ਸੰਡੇ ਵੀ ਹੁੰਦੀਆਂ ਮਤਲਬ ਤੁਹਾਨੂੰ ਸਾਰਾ ਕੁਛ ਉਹ ਤੁਸੀਂ ਨੀਚੇ ਵਾਲਾ ਹਿੱਸਾ ਦੇਖਿਆ ਜਿਹੜਾ ਕਿ ਮੇਨ ਸੀਗਾ ਇਹਦੇ ਉੱਪਰ ਫਸਟ ਫਲੋਰ ਆ ਜਾਂਦਾ ਇਹ ਵੀ ਇਹਨਾਂ ਦਾ ਸਿਟਿੰਗ ਏਰੀਆ ਸਾਰਾ ਤੁਸੀਂ ਦੇਖ ਰਹੇ ਹੋ ਮਤਲਬ ਇਹਨਾਂ ਕੋਲ ਬਹੁਤ ਕੰਫਰਟੇਬਲ ਚੇਅਰਸ ਹੈਗੀਆਂ ਇੱਥੇ ਬਹਿਣ ਵਾਸਤੇ ਬੜੀ ਸੋਹਣੀਆਂ ਇਹਨਾਂ ਨੇ ਪੇਂਟਿੰਗਸ ਕੀਤੀਆਂ ਹੋਈਆਂ ਵਾਲਸ 'ਤੇ ਜਿਹੜੇ ਕਿ ਅੱਜ ਕੱਲ੍ਹ ਟ੍ਰੈਂਡ 'ਚ ਵੀ ਹੁੰਦੀਆਂ ਨੇ ਅਤੇ ਕਾਫੀ ਸੋਹਣਾ ਬਣਾਇਆ ਹੋਇਆ ਤੁਸੀਂ ਦੇਖ ਰਹੇ ਹੋ ਫਿਰ ਮੈਂ ਦਿਖਾਉਂਦਾ ਇਹਨਾਂ ਦਾ ਲਾਈਵ ਮਿਊਜ਼ਿਕ ਚੱਲਦਾ ਜਿਹੜਾ ਬਾਹਰ ਨਾਈਟ ਪਾਰਟੀਜ਼ ਹੁੰਦੀਆਂ ਉਹਦੇ ਵਾਸਤੇ ਇਹਨਾਂ ਕੋਲ ਵੱਖਰੀ ਜਗ੍ਹਾ ਇੱਕ ਅਤੇ ਬੜੀ ਸੋਹਣਾ ਹੈ ਉਹ ਵੀ ਮਤਲਬ ਓਪਨ ਦੇ ਵਿੱਚ ਆ ਸਾਰਾ ਜਿਹੜਾ ਕਿ ਆਮ ਅੱਜ ਕੱਲ੍ਹ ਲੋਕ ਆਪਾਂ ਮੰਗਦੇ ਹਾਂ ਬਹਿਣ ਵਾਸਤੇ ਉਹ ਵੀ ਇਹਨਾਂ ਕੋਲ ਇੱਥੇ ਅਵੇਲੇਬਲ ਆ ਇਹ ਤੁਸੀਂ ਦੇਖ ਸਕਦੇ ਹੋ ਸਾਰਾ ਇਹਨਾਂ ਕੋਲ ਬਹਿਣ ਵਾਸਤੇ ਇੱਥੇ ਰਾਤ ਨੂੰ ਪਾਰਟੀ ਇੰਜੋਏ ਕਰਨ ਵਾਸਤੇ ਏਰੀਆ ਸਾਰਾ ਸਾਰਾ ਫਿਰ ਇਹਨਾਂ ਕੋਲ ਇਹ ਤੋਂ ਉੱਪਰ ਵੀ ਇੱਕ ਹੈਗਾ ਹੋਰ ਜਿਹੜਾ ਕਿ ਉਹ ਵੀ ਬਹੁਤ ਵਧੀਆ ਲੋਕੇਸ਼ਨ ਆ ਟੋਪ 'ਤੇ ਬਹਿ ਕੇ ਤੁਸੀਂ ਫੂਡ ਇੰਜੋਏ ਕਰ ਸਕਦੇ ਤੁਹਾਨੂੰ ਉਹ ਵੀ ਦਿਖਾਉਂਦਾ ਮੈਂ ਅਤੇ ਬੜਾ ਸੋਹਣਾ ਇਹਨਾਂ ਨੇ ਡਿਜ਼ਾਇਨ ਕੀਤਾ ਹੋਇਆ ਇਹਨੂੰ ਬੜਾ ਸੋਹਣਾ ਤੁਸੀਂ ਦੇਖ ਸਕਦੇ ਹੋ ਫਿਰ ਇਹ ਉੱਪਰ ਸਟੇਜ ਨੇ ਜਾਣ ਵਾਸਤੇ ਫਿਰ ਤੁਸੀਂ ਦੇਖ ਸਕਦੇ ਹੋ ਉੱਪਰ ਆ ਸਾਰਾ ਸਿਟਿੰਗ ਏਰੀਆ ਹੈ ਵੀ ਕਿੱਡਾ ਸੋਹਣਾ ਤਾਂ ਕਿ ਇਹ ਤੁਸੀਂ ਦੇਖਿਆ ਸਾਰਾ ਇਹਨਾਂ ਦਾ ਕੈਫੇ ਮਤਲਬ ਕਿ ਬਹੁਤ ਸੋਹਣਾ ਬਣਿਆ ਹੋਇਆ ਤੁਸੀਂ ਮਤਲਬ ਵਧੀਆ ਤਰੀਕੇ ਦਾ ਫੂਡ ਇੱਥੇ ਇੰਜੋਏ ਕਰ ਸਕਦੇ ਹੋ ਜਿਵੇਂ ਕਿ ਮੈਂ ਅਸੀਂ ਵੀ ਫੂਡ ਖਾਧਾ ਬਹੁਤ ਟੇਸਟੀ ਫੂਡ ਸੀਗਾ ਅਤੇ ਮਤਲਬ ਤੁਸੀਂ ਆਣ ਕੇ ਇੱਥੇ ਕੰਫਰਟੇਬਲੀ ਆਪਣੀਆਂ ਪਾਰਟੀਜ਼ ਵੀ ਕਰ ਸਕਦੇ ਹੋ ਮੈਂ ਉਹਦੇ ਬਾਰੇ ਇਨਫੋਰਮੇਸ਼ਨ ਸਰ ਕੋਲ ਲੈ ਕੇ ਦਿੰਦਾ ਤੁਹਾਨੂੰ ਕਿ ਇੱਥੇ ਕਿੱਦਾਂ ਦੀਆਂ ਪਾਰਟੀਜ਼ ਕਰ ਸਕਦੇ ਹੋ ਕੀ ਇਹਦੀ ਟਾਈਮਿੰਗ ਆ ਓਪਨਿੰਗ ਦੀ ਕੀ ਇਹਦੀ ਕਲੋਜ਼ਿੰਗ ਟਾਈਮਿੰਗ ਆ ਸਾਰੀ ਤੁਹਾਨੂੰ ਇਨਫੋਰਮੇਸ਼ਨ ਮੈਂ ਦਿੰਦਾ ਸਰ ਕੋਲ ਲੈ ਕੇ ਆ ਜਾਓ ਆਪਾਂ ਉਹ ਇਨਫੋਰਮੇਸ਼ਨ ਲੈਂਦੇ ਹਾਂ
ਹਾਂਜੀ ਵੀ ਦੋਸਤੋ, ਤੁਸੀਂ ਦੇਖਿਆ ਸਾਰਾ ਕੈਫੇ। ਪਰਸਨਲ ਵਿਊਜ਼ ਇਹ ਨੇ ਕਿ ਵੈਸੇ ਮੇਰਾ ਲੁਧਿਆਣੇ ਦਾ ਪਹਿਲਾ ਕੈਫੇ ਵਲੌਗ ਕਰ ਰਿਹਾ ਮੈਂ, ਅਤੇ ਅੰਮ੍ਰਿਤਸਰ ਵਾਲਿਆਂ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ, ਉਹਦੇ ਵਾਸਤੇ ਥੈਂਕ ਯੂ। ਅਤੇ ਟੂ ਬੀ ਫਰੈਂਕ ਸਰ, ਫੂਡ ਤੁਹਾਡਾ ਬਹੁਤ ਵਧੀਆ ਸੀਗਾ, ਮੈਨੂੰ ਬਹੁਤ ਵਧੀਆ ਲੱਗਿਆ, ਅਤੇ ਮੇਰੇ ਫਰੈਂਡਸ ਨੇ ਵੀ ਇੰਜੋਏ ਕੀਤਾ ਸੀ, ਫੀਡਬੈਕ ਵੀ ਪਾਈ ਹੈ ਵਿੱਚ, ਅਤੇ ਬਾਕੀ ਇਹਨਾਂ ਕੋਲ ਡਰਿੰਕਸ ਵੀ ਵਧੀਆ ਸੀਗੇ। ਅਤੇ ਬਾਕੀ ਤੁਸੀਂ ਮਸਟ ਵਿਜ਼ਿਟ ਕਰੋ, ਮੇਰੀ ਤਾਂ ਇਹ ਹੈ ਕਿ ਤੁਸੀਂ ਆਓ ਅਤੇ ਖਾਓ, ਤੁਹਾਨੂੰ ਨਾਲੇ ਪਤਾ ਲੱਗ ਜੂਗਾ। ਠੀਕ ਹੈ ਸਰ, ਕੁਛ ਕੁਐਸਚਨਸ ਨੇ ਮੇਰੇ ਜਿਹੜੇ ਕਿ ਸਾਡੇ ਸਬਸਕ੍ਰਾਈਬਰਸ ਨੂੰ ਵੀ ਹੋਣਗੇ। ਜ਼ਰੂਰ। ਆਪਣੇ ਕੋਲ ਕਿਵੇਂ ਦਾ ਫੂਡ ਮਿਲ ਜਾਂਦਾ? ਆਪਣਾ ਮਲਟੀ ਕਿਜ਼ੀਨ ਹੈ ਬ੍ਰਦਰ, ਆਪਣਾ ਜਿਵੇਂ ਇੰਡੀਅਨ, ਚਾਈਨੀਜ਼, ਕੋਂਟੀਨੈਂਟਲ, ਤੰਦੂਰ, ਆਫਟਰ ਦੈਟ ਮੇਨ ਤਾਂ ਇੰਡੀਅਨ ਚਾਹੀਦਾ ਹੀ ਹੁੰਦਾ ਨਾ। ਵੈਸੇ ਮੇਰਾ ਮੇਨ ਕੋਂਟੀਨੈਂਟਲ ਹੀ ਹੈ, ਜਿਹੜਾ ਮੇਰਾ ਜ਼ਿਆਦਾ ਚੱਲਦਾ, ਪੀਜ਼ਾ, ਪਾਸਤਾਸ, ਮੇਨ ਕੋਰਸ ਹੋ ਗਿਆ ਕੋਂਟੀਨੈਂਟਲ ਦਾ, ਓਰੀਐਂਟਲ ਫੂਡ, ਆਈ ਹੈਵ ਐਵਰੀਥਿੰਗ। ਅਤੇ ਤੁਹਾਨੂੰ ਮਤਲਬ ਤੁਸੀਂ ਕਿਸੇ ਤਰੀਕੇ ਦਾ ਫੂਡ ਜਿਹੜਾ ਚਾਹੁੰਦੇ ਹੋ, ਤੁਹਾਨੂੰ ਸਾਰੇ ਕੁਝ ਮਿਲ ਸਕਦਾ? ਮਤਲਬ ਬਾਕੀ ਪੀਜ਼ੇ ਟਰਾਈ ਕੀਤੇ ਸੀ ਮੁੰਡੇ ਨੂੰ, ਉਹ ਵੀ ਕਹਿੰਦੇ ਬਹੁਤ ਵਧੀਆ ਨੇ। ਅਤੇ ਬਾਕੀ ਸਰ ਮੈਂ ਇੱਕ ਗੱਲ ਪੁੱਛਣਾ ਕਿ ਐਡੀ ਸੋਹਣੀ ਜਗ੍ਹਾ ਮਤਲਬ ਤੁਸੀਂ ਡਿਜ਼ਾਇਨ ਕੀਤੀ ਹੋਈ ਆ, ਅਤੇ ਮਤਲਬ ਇਹ ਤੁਹਾਡਾ ਸ਼ੌਂਕ ਸੀ ਕਿ ਜਾਂ ਮਤਲਬ? ਐਕਚੁਲੀ ਮੈਂ ਆਪ ਆਰਕੀਟੈਕਟ। ਓ ਅੱਛਾ। ਅਤੇ ਇਸ ਕਰਕੇ ਮੇਰੇ ਸਿਸਟਰ ਵੀ ਨਾਲ ਆਰਕੀਟੈਕਟ ਸੀਗੇ, ਮੇਰੇ ਥੱਲੇ ਆਰਕੀਟੈਕਚਰ ਦਾ ਆਫਿਸ ਹੈ, ਅਤੇ ਨਾਲ ਹੀ ਅਸੀਂ ਉੱਪਰ, ਇਹ ਚਲੋ ਸਾਈਡ ਬਿਜ਼ਨਸ ਹੋ ਗਿਆ, ਸ਼ੌਂਕ ਸੀ ਕਿ ਚਲੋ ਇੱਕ ਫੂਡ ਇੰਡਸਟਰੀ ਦੇ ਵਿੱਚ ਆਉਣਾ ਵੀ ਸੀਗਾ, ਚਲੋ ਇੱਕ ਸਾਈਡ ਬਿਜ਼ਨਸ ਵੀ ਹੋ ਗਿਆ, ਇੰਟਰਸਟਿੰਗ ਸੀਗਾ, ਉੱਪਣਾ ਬਹਿਣਾ, ਨਵੇਂ ਲੋਕਾਂ ਨੂੰ ਮਿਲਣਾ, ਇਸ ਕਰਕੇ ਬਸ ਲੱਗੇ ਹੋਏ ਹਾਂ, ਤੁਰੇ ਲੱਗੇ ਹਾਂ। ਦੋ ਫਾਇਦੇ ਮਿਲ ਰਹੇ ਤੁਹਾਨੂੰ ਵਲੌਗ ਦੇ, ਜੇ ਕਿਸੇ ਨੂੰ ਅੱਜ ਤਾਈਂ ਡਿਜ਼ਾਇਨ ਕਰਾਉਣਾ ਹੋਵੇ, ਤੁਸੀਂ ਕੈਫੇ ਦੇਖਿਆ, ਬਹੁਤ ਸੋਹਣਾ ਡਿਜ਼ਾਇਨ ਹੋਇਆ, ਮੈਨੂੰ ਆਪ ਖੁਦ ਨੂੰ ਬੜਾ ਵਧੀਆ ਲੱਗਿਆ, ਅਤੇ ਜੇ ਚਾਹੀਦਾ ਹੋਵੇ ਤਾਂ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ, ਐਨੀ ਟਾਈਮ ਅਤੇ ਉਹ ਵੀ ਤੁਸੀਂ ਕਰ ਸਕਦੇ ਹੋ। ਬਾਕੀ ਹੈ ਕਿ ਸਰ ਮੈਂ ਇਹ ਪੁੱਛਣਾ ਚਾਹੁੰਦਾ ਸੀਗਾ ਵੀ ਆਪਾਂ ਪਾਰਟੀਜ਼, ਆਪਣੇ ਕੋਲ ਕਾਫੀ ਜ਼ਿਆਦਾ ਜਗ੍ਹਾ ਨੇ, ਠੀਕ ਹੈ, ਆਪਾਂ ਕਿੱਦਾਂ ਦੀ ਇੱਥੇ ਪਾਰਟੀਜ਼ ਅਰੇਂਜ ਕਰਕੇ? ਇਹ ਜਗ੍ਹਾ ਉਸ ਹਿਸਾਬ ਨਾਲ ਹੀ ਡਿਵਾਈਡ ਕੀਤੀ ਹੋਈ ਹੈ, ਲੋਕਾਂ ਨੂੰ ਅਸੀਂ PDR ਪ੍ਰੋਵਾਈਡ ਕਰ ਸਕੀਏ, ਪ੍ਰਾਈਵੇਟ ਡਾਈਨਿੰਗ ਰੂਮ ਰਾਈਟ, ਕਿ ਅਸੀਂ ਕਿਸੇ ਨੂੰ, ਕਿਸੇ ਦੀ 20 ਬੰਦਿਆਂ ਦੀ ਪਾਰਟੀ ਹੈ, 25 ਬੰਦਿਆਂ ਦੀ ਪਾਰਟੀ ਹੈ, 10 ਬੰਦਿਆਂ ਦੀ ਪਾਰਟੀ ਹੈ, ਅਸੀਂ ਉਸ ਅਕੋਰਡਿੰਗ ਉਹਨਾਂ ਨੂੰ ਆਪਾਂ ਜਗ੍ਹਾ ਰੈਫਰ ਕਰ ਦਿੰਦੇ ਹਾਂ ਕਿ ਤੁਸੀਂ ਆਹ ਲੈ ਲਓ ਏਰੀਆ, ਉੱਪਰ ਲੈ ਲਓ, ਜਿਹਨੇ ਟੈਰਿਸ ਲੈਣਾ ਟੈਰਿਸ 'ਤੇ ਬੈਠ ਜਾਂਦੇ, ਜਿਹਨੇ ਥੱਲੇ ਲੈਣਾ ਉਸ ਹਿਸਾਬ ਨਾਲ ਅਸੀਂ ਉਹਨਾਂ ਨੂੰ ਪ੍ਰਾਈਵੇਟ ਏਰੀਆ ਦੇ ਦਿੰਦੇ ਹਾਂ। ਅਦਰਵਾਈਜ਼ ਸਾਡੇ ਕੋਲ ਸੈਟਰਡੇ ਸੰਡੇ ਲਾਈਵ ਬੈਂਡ ਹੁੰਦੇ ਆ, ਵੈਡਨਸਡੇ ਲੇਡੀਜ਼ ਨਾਈਟ ਹੁੰਦੀ ਹੈ, ਉਹਨਾਂ ਨੂੰ ਫ੍ਰੀ ਸ਼ੋਟਸ ਐਂਡ ਕੋਕਟੇਲ ਸਟਫ ਹੁੰਦਾ। ਮਤਲਬ ਲੁਧਿਆਣੇ ਵਾਲੇ ਤੁਹਾਡੇ ਵਾਸਤੇ ਬੜੀ ਵੱਡੀ ਸਾਰੀ ਚੀਜ਼ ਦੱਸ ਰਹੇ, ਵੈਸੇ ਜਿਹੜੇ ਲੁਧਿਆਣੇ ਵਾਲੇ ਉਹ ਆਟੋਮੈਟਿਕਲੀ ਜਾਣਦੇ ਵੀ ਹੋਣਗੇ ਇਸ ਜਗ੍ਹਾ ਨੂੰ, ਬਟ ਆਪਣੇ ਫਰੈਂਡਸ ਨੂੰ ਵੀ ਦੱਸਿਓ, ਕਿਉਂਕਿ ਇੱਦਾਂ ਦੀ ਜਗ੍ਹਾ ਆਪਣੇ ਪੰਜਾਬ ਵਿੱਚ ਬਹੁਤ ਜ਼ਿਆਦਾ ਨੇ ਪਰ ਲੋਕਾਂ ਨੂੰ ਪਤਾ ਨਹੀਂ, ਅਤੇ ਮੇਰੀ ਇਹੋ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਜਗ੍ਹਾ ਦੀ ਪਤਾ ਲੱਗੇ। ਬਾਕੀ ਇਹ ਮੈਂ ਫਸਟ ਟਾਈਮ ਇੱਥੇ ਵਿਜ਼ਿਟ ਕੀਤਾ ਹੈ, ਮੈਨੂੰ ਵੀ ਬਹੁਤ ਵਧੀਆ ਲੱਗਿਆ ਹੈ। ਅਤੇ ਬਾਕੀ ਪਾਰਟੀਜ਼ ਦੀ ਵੀ ਸਾਰਿਆਂ ਤੁਹਾਨੂੰ ਗੱਲ ਦੱਸੀ, ਮੈਂ ਤੁਸੀਂ ਫਲੋਰ ਦੇਖੇ ਹੋਣਗੇ, ਮੈਂ ਦਿਖਾਇਆ ਸੀ ਵੀਡੀਓ ਦੇ ਵਿੱਚ ਤੁਹਾਨੂੰ ਪਹਿਲਾਂ ਕਿ ਇੱਦਾਂ ਨੇ ਕੋਈ ਫਸਟ ਫਲੋਰ ਸੀ, ਫਿਰ ਉੱਪਰ ਟੈਰਿਸ ਸੀਗਾ, ਸਾਰਾ ਕੁਝ ਸੀਗਾ, ਮਤਲਬ ਬੜਾ ਵਧੀਆ ਲੋਕੇਸ਼ਨ ਹੈ ਸ਼ਾਮ ਨੂੰ ਅਤੇ ਪਾਰਟੀ ਕਰਨ ਵਾਸਤੇ, ਬੈਸਟ ਪਲੇਸ ਇਸ ਤੋਂ ਵਧੀਆ ਤੁਹਾਨੂੰ ਲੱਗਦਾ ਨਹੀਂ, ਹੋ ਸਕਦੀ ਹੈ ਜੇ ਤੁਸੀਂ ਇੰਜੋਏ ਕਰਨਾ ਚਾਹੁੰਦੇ ਹੋ, ਫਰੈਂਡਸ ਹਾਂ, ਕਾਲਜ ਵਾਲੇ ਹੋ ਗਏ ਮੇਰੇ ਸਾਰਾ, ਬਰਥਡੇ ਪਾਰਟੀਜ਼ ਹੋ ਗਈਆਂ ਜਾਂ ਕੁਛ ਵੀ ਹੋ ਵੀ, ਆਈ ਹੈਵ ਦ ਯੰਗਸਟਰ ਕਰਾਊਡ ਮੋਸਟ ਆਫ ਦ ਟਾਈਮ, ਮਤਲਬ ਸਾਰਾ ਯੰਗਸਟਰ ਹੀ ਹੈ। ਬਾਕੀ ਹੈ ਕਿ ਮੇਨ ਜਗ੍ਹਾ ਦੇ ਵਿੱਚ ਜਿੱਥੇ ਕਿ ਤੁਹਾਨੂੰ ਜ਼ਿਆਦਾ ਇੱਕ ਹੁੰਦਾ ਕਿ ਅਨਸੇਫ ਵੀ ਫੀਲ ਹੁੰਦਾ, ਕਈ ਸ਼ਹਿਰ ਤੋਂ ਬਾਹਰ ਜਾਣਾ ਪੈਂਦਾ, ਬਟ ਇਹ ਸਿਟੀ ਦੇ ਵਿੱਚ ਮੇਨ ਮਾਰਕੀਟ ਦੇ ਵਿੱਚ ਆ ਅਤੇ ਤੁਸੀਂ ਇੱਥੇ ਇੰਜੋਏ ਕਰ ਸਕਦੇ ਹੋ। ਸਰ ਕੁਛ ਹੋਰ ਚੀਜ਼ ਜਿਹੜੀ ਤੁਸੀਂ ਆਪਣੇ ਕੈਫੇ ਬਾਰੇ ਦੱਸਣੀ ਚਾਹੁੰਦੇ ਹੋ? ਮੇਰਾ ਫੂਡ ਥੋੜ੍ਹਾ ਜਿਹਾ ਇਨੋਵੇਟਿਵ ਹੈ, ਥੋੜ੍ਹਾ ਆਊਟ ਆਫ ਦ ਟ੍ਰੈਡੀਸ਼ਨਸ ਹੈ, ਜਿਵੇਂ ਓਲਡ ਮੌਂਗ ਪੀਜ਼ਾ, ਮਤਲਬ ਬਰਨਿੰਗ ਓਲਡ ਮੌਂਗ ਇਜ਼ ਪੋਰਡ ਔਨ ਦ ਪੀਜ਼ਾ, ਅਤੇ ਉਹ ਤੋਂ ਬਾਅਦ ਬਟਰ ਚਿਕਨ ਪੀਜ਼ਾ ਮੇਰਾ, ਮਤਲਬ ਕਈ ਬਹੁਤ ਬਹੁਤ ਚੀਜ਼ਾਂ ਹੈਗੀਆਂ ਜਿਹੜੀ ਥੋੜ੍ਹੀ ਇਨੋਵੇਟਿਵ ਹੈ, ਤੁਹਾਨੂੰ ਆਊਟ ਆਫ ਦ ਬੋਕਸ ਤੁਹਾਨੂੰ ਇੱਥੇ ਆ ਕੇ ਟਰਾਈ ਕਰਨ ਨੂੰ ਮਿਲਣਗੀਆਂ। ਕੋਕਟੇਲ ਦੇ ਵਿੱਚ ਬਹੁਤ ਡਿਫਰੈਂਸ ਹੈ, ਕਈ ਬੀਅਰਸ ਹੈ ਜਿਹੜੀਆਂ ਮੇਰੀਆਂ, ਜਿਹੜੀ ਡਰੋਟ ਬੀਅਰ ਹੈ ਉਹ ਤੁਹਾਨੂੰ ਹਨੀ ਵੀਟ ਫਲੇਵਰ, ਦੋ ਤਿੰਨ ਮੇਰੇ ਇਹੋ ਜਿਹੇ ਫਲੇਵਰ ਹੈ ਜਿਹੜੇ ਤੁਹਾਨੂੰ ਪੂਰੇ ਸ਼ਹਿਰ ਦੇ ਵਿੱਚ ਕਿਤੇ ਵੀ ਨਹੀਂ ਮਿਲਣਗੇ। ਤੁਹਾਡੇ ਪਲੱਸ ਪੁਆਇੰਟਸ ਨੇ, ਅਤੇ ਮਤਲਬ ਮੈਨੂੰ ਵੀ ਨਹੀਂ ਵੈਸੇ ਇਹ ਚੀਜ਼ਾਂ ਦਾ ਪਤਾ, ਬਟ ਸਰ ਦੱਸ ਰਹੇ ਤੁਹਾਨੂੰ ਪਤਾ ਹੋਊ ਇਸ ਚੀਜ਼ ਦਾ। ਅਤੇ ਸਰ ਮੈਂ ਇੱਕ ਗੱਲ ਹੋਰ ਪੁੱਛਣੀ ਚਾਹੁੰਦਾ ਕਿ ਆਪਣੇ ਕੋਲ ਵੈਸੇ, ਮੈਂ ਪਹਿਲਾਂ ਵੀ ਦੱਸ ਸਕਿਆ, ਨੌਨ ਵੈਜ ਵੈਜ ਦੋਵੇਂ ਅਵੇਲੇਬਲ ਨੇ ਬਰਾਬਰ? ਠੀਕ ਆ। ਅਤੇ ਬਾਕੀ ਹੈ ਕਿ ਇਹ ਸੀਗੀ ਇਹਨਾਂ ਦੇ ਕੈਫੇ ਦੇ ਰਿਲੇਟਿਡ ਇਨਫੋਰਮੇਸ਼ਨ। ਅਤੇ ਸਰ ਮੈਂ ਇੱਕ ਗੱਲ ਹੋਰ ਪੁੱਛਣੀ ਚਾਹੁੰਦਾ ਕਿ ਆਪਣਾ ਮਤਲਬ ਇਹ ਇੱਕੋ ਬ੍ਰਾਂਚ ਹੈ ਕਿ ਕੋਈ ਹੋਰ ਵੀ ਹੈਗੀਆਂ? ਇਹ ਬ੍ਰਾਂਚ ਤਾਂ ਹਾਲੇ ਇੱਕੋ ਹੀ ਹੈ, ਪਰ ਜਲਦੀ ਤੁਹਾਨੂੰ ਇਹ ਅੰਮ੍ਰਿਤਸਰ, ਪਟਿਆਲਾ, ਜਲੰਧਰ, ਜਲਦੀ ਤੁਹਾਨੂੰ ਇਹ ਦੇਖਣ ਨੂੰ ਮਿਲਣਗੇ। ਉਮੀਦ ਹੈ ਕਿ ਸਰ ਐਡੀ ਵਧੀਆ ਲੋਕੇਸ਼ਨ ਇੱਦਾਂ ਦੇ ਤੋਂ ਵਧੀਆ ਸਾਨੂੰ ਹੋਰ ਦੇਖਣ ਨੂੰ ਮਿਲਣਗੀਆਂ, ਇਹ ਤੋਂ ਬਿਹਤਰ ਹੀ ਕਰਾਂਗੇ, ਲੱਗੇ ਹੋਏ ਆ, ਦੇਖੋ ਅੱਗੇ। ਨਹੀਂ ਵਧੀਆ ਗੱਲ ਆ, ਕਿਉਂਕਿ ਅੱਜ ਕੱਲ੍ਹ ਹਰੇਕ ਦੀ ਲੋੜ ਆ, ਹਰੇਕ ਬੰਦਾ ਚਾਹੁੰਦਾ ਕਿ ਮੈਂ ਬਵਾਂ ਇੱਕ ਵਧੀਆ ਜਗ੍ਹਾ 'ਤੇ ਬਵਾਂ, ਅਤੇ ਮੈਂ ਇੱਕ ਅੱਜ ਕੱਲ੍ਹ ਵੈਸੇ ਸਟੋਰੀਆਂ ਦਾ ਟਰੈਂਡ ਆ ਜ਼ਿਆਦਾ, ਮਤਲਬ ਇਹ ਸਟੋਰੀ ਪਾਉਣ ਵਾਸਤੇ ਵੀ ਬੈਸਟ ਪਲੇਸ ਆ, ਅਤੇ ਕਿਉਂਕਿ ਕਾਫੀ ਕੁਝ ਸਰ ਨੇ ਪੁਰਾਣੀ ਚੀਜ਼ਾਂ ਯੂਜ਼ ਕੀਤੀਆਂ ਹੋਈਆਂ ਜਿਹੜੀਆਂ ਕਿ ਵੇਸਟ ਮਟੀਰੀਅਲ 'ਚੋਂ ਕਰਕੇ ਇਹਨਾਂ ਨੇ ਇਹਨੂੰ ਡਿਜ਼ਾਇਨ ਕੀਤਾ ਹੋਇਆ, ਇੱਥੇ ਪਤਾ ਲੱਗਦਾ ਕਿ ਕਿੰਨੇ ਵਧੀਆ ਆਰਕੀਟੈਕਟ ਹੋਣਗੇ। ਅਤੇ ਬਾਕੀ ਸਰ ਮੈਂ ਪੁੱਛਣਾ ਚਾਹੁੰਦਾ ਕਿ ਆਪਣੀ ਟਾਈਮਿੰਗ ਕੀ ਹੈ ਜੀ ਓਪਨਿੰਗ ਕਲੋਜ਼ਿੰਗ? ਸਰ 11 ਵਜੇ ਹੈ ਸਵੇਰੇ, ਮਤਲਬ ਰਾਤੀ 12 ਵਜੇ ਤੱਕ ਕਲਾਸ ਆਰਡਰ ਹੈ, ਇਟ ਇਜ਼ ਓਪਨ ਟਿਲ ਲਾਈਕ 1:30-2।
ਅਤੇ ਬਾਕੀ ਹੈ ਕਿ ਕਿਸੇ ਨੂੰ ਮੇਰੇ ਰਿਲੇਟਡ ਕੋਈ ਇਨਫੋਰਮੇਸ਼ਨ ਚਾਹੀਦੀ ਹੋਵੇ ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਫੋਲੋ ਕਰ ਸਕਦੇ ਹੋ ਦਿਆ ਅੰਡਰਸਕੋਰ ਕਰਨ ਦੇ ਨਾਮ 'ਤੇ ਮੇਰਾ ਇੰਸਟਾਗ੍ਰਾਮ ਅਕਾਊਂਟ ਆ, ਤੁਸੀਂ ਉੱਥੇ ਮੈਨੂੰ ਮੈਸੇਜ ਕਰ ਸਕਦੇ ਹੋ ਕਿਸੇ ਚੀਜ਼ ਦੇ ਰਿਲੇਟਡ ਵੀ, ਅਤੇ ਬਾਕੀ ਹੈ ਕਿ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ ਕਿਸੇ ਵੀ ਇਨਕੁਆਇਰੀ ਵਾਸਤੇ, ਕਿਸੇ ਵੀ ਕਲੈਬੋਰੇਸ਼ਨ ਵਾਸਤੇ, ਅਤੇ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਜਿਹਨਾਂ ਨੇ ਕੀਤਾ ਹੋਇਆ ਥੱਲੇ ਰੈੱਡ ਕਲਰ 'ਚ ਲਿਖਿਆ ਆਉਂਦਾ ਹੋਣਾ ਜਿਹੜੇ ਨਵੇਂ ਵਿਊਵਰਸ ਨੇ, ਅਤੇ ਜਿਹਨਾਂ ਨੇ ਪੁਰਾਣੇ ਨੇ ਮੇਰੇ ਉਹਨਾਂ ਦੇ ਬਲੈਕ ਹੀ ਆਉਂਦਾ ਹੋਊਗਾ ਲਿਖਿਆ, ਉਹਦੇ ਨਾਲ ਇੱਕ ਜਦੋਂ ਪ੍ਰੈਸ ਕਰੋਗੇ ਤਾਂ ਇੱਕ ਬੈਲ ਦੀ ਆਪਸ਼ਨ ਆਊਗੀ, ਬੈਲ ਦਾ ਮਤਲਬ ਹੁੰਦਾ ਕਿ ਜਦੋਂ ਤੁਸੀਂ ਮੇਰੀ ਵੀਡੀਓ ਲਾਈਵ ਹੋ ਰਹੀ ਆ ਤੁਹਾਨੂੰ ਨੋਟੀਫਿਕੇਸ਼ਨ ਪਹੁੰਚ ਜੇ, ਅਤੇ ਥੈਂਕ ਯੂ ਸੋ ਮੱਚ ਫੋਰ ਵਾਚਿੰਗ ਦਿਸ ਵਲੌਗ, ਅਤੇ ਥੈਂਕ ਯੂ ਸਰ, ਨਾਈਸ ਟੂ ਮੀਟ ਯੂ, ਵੈਰੀ ਨਾਈਸ ਮੀਟਿੰਗ ਯੂ ਬ੍ਰਦਰ, ਕੀਪ ਅਪ ਦ ਗੁੱਡ ਵਰਕ, ਥੈਂਕ ਯੂ, ਮਿਲਦੇ ਹਾਂ ਹੁਣ ਨਵੀਂ ਜਗ੍ਹਾ ਦਾ ਵਲੌਗ ਲੈ ਕੇ, ਬਾਏ ਬਾਏ।